ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਆ ਅੱਜ ਆਟਵਾ ਵੱਲ ਰੁਕ ਕਰਾਂਗੇ ਜਿੱਥੇ ਕਿ ਟਰੁੱਥ ਐਂਡ ਰੀਕਨਸਲੇਸ਼ਨ ਨੈਸ਼ਨਲ ਡੇ ਹੈ ਅੱਜ, ਔਰ ਇਹਦੇ ਵਾਸਤੇ ਅੱਜ ਦੁਪਹਿਰ ਨੂੰ ਉੱਥੇ ਜਿਹੜੀਆਂ ਸੈਰੇਮਨੀਜ਼ ਨੇ ਆਟਵਾ ਦੇ ਵਿੱਚ ਆਰਗਨਾਈਜ਼ ਜੋ ਹੋ ਰਹੀਆਂ ਨੇ ਉਹਦੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰ ਰਹੇ ਹਾਂ। ਔਰ ਇਸ ਮੌਕੇ ਦੇ ਉੱਤੇ ਸਾਰੇ ਵੱਖ ਵੱਖ ਲੀਡਰਸ ਦੇ ਜਿਹੜੇ ਸੰਦੇਸ਼ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ, ਉਨ੍ਹਾਂ ਨੇ ਵੀ ਇੰਡੀਜਨਸ ਔਰ ਨਾਲ ਉਨ੍ਹਾਂ ਦੇ ਇੰਡੀਜਨਸ ਅਫੇਅਰ ਮਿਨਿਸਟਰ ਗ੍ਰੈਗ ਰਿਕਫੋਰਡ, ਉਨ੍ਹਾਂ ਨੇ ਵੀ ਅੱਜ ਇੱਕ ਸਟੇਟਮੈਂਟ ਰਿਲੀਜ਼ ਕਰਕੇ ਕਿਹਾ ਹੈ ਕਿ ਟੁਡੇ ਇਜ਼ ਅ ਨੈਸ਼ਨਲ ਡੇ ਫਾਰ ਟਰੁੱਥ ਐਂਡ ਰੀਕਨਸਲੇਸ਼ਨ, ਇਟਸ ਅ ਪੇਨਫੁਲ ਲੈਗੇਸੀ, ਔਰ ਸਾਨੂੰ ਓਨਟੇਰੀਅਨਸ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਅਸੀਂ ਇੱਥੇ ਤੁਹਾਡੀ ਜਾਣਕਾਰੀ ਲਈ ਬਰੀਫਲੀ ਇੰਨਾ ਜ਼ਰੂਰ ਦੱਸ ਦਿੰਦੇ ਹੈਗੇ ਕਿ ਇਹ ਚੌਥਾ ਸਾਲ ਹੈ ਫੈਡਰਲ ਹੋਲੀਡੇ ਹੈਗਾ। ਇਹ ਸਟੈਬਲਿਸ਼ ਕੀਤਾ ਗਿਆ ਸੀਗਾ ਆਨਰ ਕਰਨ ਲਈ ਤਕਰੀਬਨ 1.5 ਲੱਖ ਫਸਟ ਨੇਸ਼ਨਸ ਦੇ ਸਾਡੇ ਇੰਡੀਜਨਸ ਕਮਿਊਨਿਟੀ ਦੇ ਉਹ ਬੱਚੇ ਜਿਨ੍ਹਾਂ ਨੂੰ ਕਿ ਫੋਰਸ ਕੀਤਾ ਗਿਆ ਸੀਗਾ। 130 ਗਵਰਨਮੈਂਟ ਫੰਡਡ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਥਰੂ ਆਊਟ ਕੈਨੇਡਾ, ਔਰ ਇੱਕ ਐਸਟੀਮੇਟ ਲਗਾਇਆ ਗਿਆ ਕਿ ਇਹਦੇ ਵਿੱਚੋਂ 6000 ਬੱਚੇ ਜਿਹੜੇ ਆ ਉਨ੍ਹਾਂ ਦੀ ਡੈਥ ਹੋ ਗਈ ਸੀ ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਸ ਦੇ ਵਿੱਚ। 1870 ਤੋਂ ਲੈ ਕੇ 1997 ਤੱਕ ਇਹ ਸਾਰਾ ਕੁਝ ਫਿਰ ਉਨ੍ਹਾਂ ਨੇ ਡਾਕੂਮੈਂਟ ਕੀਤਾ, ਸਾਰਾ ਕੁਝ ਪਤਾ ਕੀਤਾ, ਔਰ ਕਮਿਸ਼ਨ ਜਿਹੜੀ ਸੀਗੀ ਟਰੁੱਥ ਐਂਡ ਰੀਕਨਸਲੇਸ਼ਨ ਕਮਿਸ਼ਨ ਆਫ ਕੈਨੇਡਾ, ਉਨ੍ਹਾਂ ਨੇ ਆਪਣੀ ਫਾਈਨਲ ਰਿਪੋਰਟ ਜਿਹੜੀ ਹੈ 2015 ਦੇ ਵਿੱਚ ਜਿਹੜੀ ਹੈ ਉਹ ਜਾਰੀ ਕੀਤੀ ਹੈ। ਹਾਲਾਂਕਿ ਹੁਣ ਇਸ ਤੋਂ ਇਲਾਵਾ ਹੋਰ ਵੀ ਹੋ ਸਕਦਾ ਕਿ ਹੋਰ ਵੀ ਬਹੁਤ ਸਾਰਾ ਜੋ ਪਰੇਸ਼ਾਨੀ ਹੈ ਉਹ ਡੈਫੀਨੇਟਲੀ ਇਹ ਕਮਿਊਨਿਟੀਜ਼ ਜਿਹੜੀਆਂ ਉਨ੍ਹਾਂ ਨੂੰ ਸਫ਼ਰ ਕਰਨੀ ਪਈ ਹੋਏਗੀ। Today, September 30th is the National Day for Truth and Reconciliation. It also marks Orange Shirt Day, which symbolizes the courage of residential school survivor Phyllis Jack Webstead and the traumatic separation from her family and culture. This day is an opportunity for us to join and reflect on the painful legacy of Indian residential schools and acknowledge this as one of the darkest chapters in Canada's history. Generations of Indigenous children, families, and their communities have suffered and continue to struggle. And that's why today and every day we honor them and we acknowledge the tragic and painful past while looking forward to healing and reconciliation. I encourage all Ontarians to deepen their understanding by learning the truth shared by Indigenous voices, whether it's through online resources or attending events in your area. Our government will always continue working with Indigenous communities right across the province to strengthen relationships and promote prosperity for today and tomorrow. Miigwech. South Asian Media Group. Why Media?